ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਆਪਾਂ ਲੈ ਕੇ ਆਏ ਹਾਂ, ਜਿੰਨੇ ਵੀ ਸੂਟ ਮੈਂ ਦਿਖਾਉਂਗੀ ਸਾਰੀ ਰਾਮਟੈਕਸ ਦੀ ਵਰਾਇਟੀ ਰਹੂਗੀ। ਕੁਛ ਕੁ ਪ੍ਰਿੰਟਡ ਸੂਟ ਹੋਣਗੇ, ਕੁਛ ਕੁ ਹੈਗੇ ਚੈੱਕ ਦੇ। ਚੈੱਕ ਦੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀ ਭੈਣਾਂ ਦੀ ਵੀ ਚੈੱਕ ਦੇ ਵਿੱਚ ਰਾਮਟੈਕਸ ਦੇ ਵਿੱਚ ਦੁਬਾਰਾ ਰਿਪੀਟ ਲੈ ਕੇ ਆਓ। ਆਪਾਂ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਦੀ ਵੀਡੀਓ ਪਾ ਚੁੱਕੇ ਹਾਂ, ਸੋ ਰਿਪੀਟ ਆਪਣੇ ਕੋਲ ਆ ਚੁੱਕੀ ਆ। ਤੇ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਸੀਗੇ ਜਾਂ ਹੋਰ ਭੈਣਾਂ ਜਿਹੜੀਆਂ ਨਿਊ ਦੇਖਦੀਆਂ ਨੇ, ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ। ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ, ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਬਾਕੀ ਇਹ ਵਾਲੀ ਵਰਾਇਟੀ ਤੋਂ ਪਹਿਲਾਂ ਮੈਂ ਇੱਕ ਸੂਟ ਤੁਹਾਨੂੰ ਥਰੈਡ ਵਰਕ ਦੇ ਉੱਪਰ ਜਿਹੜਾ ਰੈਡੀ ਹੋਇਆ ਉਹ ਵਾਲਾ ਮੈਂ ਦਿਖਾਉਣ ਲੱਗੀ ਹਾਂ। ਥਰੈਡ ਵਰਕ ਦੇ ਪਸ਼ਮੀਨੇ ਦੇ ਉੱਪਰ ਬਹੁਤ ਸੋਹਣੇ ਸੂਟ ਰੈਡੀ ਹੋ ਰਹੇ ਨੇ, ਸੋ ਕਿਸੇ ਵੀ ਭੈਣ ਨੇ ਪਸ਼ਮੀਨੇ ਦੇ ਉੱਪਰ ਰੈਡੀ ਕਰਵਾਉਣੇ ਨੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ, ਚਾਹੇ ਤੁਸੀਂ ਹਲਕੇ ਤੋਂ ਹਲਕਾ ਕਰਵਾਉਣਾ, ਹੈਵੀ ਤੋਂ ਹੈਵੀ ਕਰਵਾਉਣਾ, ਤੁਸੀਂ ਥਰੈਡ ਵਰਕ ਦੇ ਉੱਪਰ ਪਸ਼ਮੀਨੇ ਦਾ ਹਰ ਕਲਰ ਆਪਣੇ ਕੋਲ ਅਵੇਲੇਬਲ ਹੈਗਾ। ਤੁਸੀਂ ਆਪਣਾ ਕਲਰ ਦੱਸ ਕੇ, ਕਿਉਂਕਿ ਕਲਰਾਂ ਦੀਆਂ ਫੋਟੋਆਂ ਭੇਜਣੀਆਂ ਬਹੁਤ ਮੁਸ਼ਕਿਲ ਹੋ ਜਾਂਦੀਆਂ ਨੇ, ਕਿਉਂਕਿ ਕਲਰ ਬਹੁਤ ਆਉਂਦੇ ਨੇ, ਹਰ ਕਲਰ ਅਵੇਲੇਬਲ ਸਾਡੇ ਕੋਲ ਵੀ ਨਹੀਂ ਹੁੰਦਾ, ਕਿਉਂਕਿ 100-150 ਤੋਂ ਪਲੱਸ ਕਲਰ ਨੇ ਪਸ਼ਮੀਨੇ ਦੇ ਵਿੱਚ। ਸੋ ਤੁਹਾਡੀ ਕੋਈ ਵੀ ਰਿਕੁਆਇਰ ਆ ਨਾ ਪਸ਼ਮੀਨੇ ਦੀ, ਵੀ ਆਹ ਵਾਲੇ ਕਲਰ ਦੇ ਵਿੱਚ ਅਸੀਂ ਸੂਟ ਰੈਡੀ ਕਰਨਾ ਵਾ, ਤਾਂ ਤੁਸੀਂ ਆਪਣੇ ਕਲਰ ਸਾਨੂੰ ਸੈਂਡ ਕਰ ਸਕਦੇ ਹੋ ਤੇ ਕੋਈ ਵੀ ਡਿਜ਼ਾਈਨ ਤੁਸੀਂ ਉਹ 'ਤੇ ਰੈਡੀ ਕਰਵਾ ਸਕਦੇ ਹੋ। ਤੇ ਲਓ ਜੀ, ਦਿਖਾਉਂਦੀ ਹਾਂ ਤੁਹਾਨੂੰ ਅੱਜ ਦੇ ਸੂਟ। ਜਾਂ ਪਹਿਲਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਜਿਹੜੀਆਂ ਫਸਟ ਟਾਈਮ ਭੈਣਾਂ ਵੀਡੀਓ ਨੂੰ ਦੇਖ ਰਹੀਆਂ ਨੇ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ। ਲਓ ਜੀ, ਦਿਖਾਉਂਦੀ ਹਾਂ ਅੱਜ ਦੇ ਸੂਟ ਤੁਹਾਨੂੰ। ਆ ਲਓ ਜੀ, ਆਹ ਸੂਟ ਜਿਹੜਾ ਰੈਡੀ ਹੋ ਕੇ ਆਇਆ, ਜਿਹੜਾ ਮੈਂ ਪਹਿਲਾਂ ਤੁਹਾਨੂੰ ਸ਼ੋਅ ਕਰਨ ਲੱਗੀ ਹਾਂ। ਇਹ ਸੇਮ ਇਹਦੇ ਨਾਲ ਮੈਂ ਰੀਲ ਲਾਉਂਗੀ, ਜਿਹੜੀ ਆਪਾਂ ਕਿ ਕਾਫੀ ਜ਼ਿਆਦਾ ਇਹਦੇ ਸੂਟ ਆਪਾਂ ਰੈਡੀ ਕਰਕੇ ਭੈਣਾਂ ਤੱਕ ਪਹੁੰਚਦੇ ਕਰ ਚੁੱਕੇ ਹਾਂ। ਕਾਫੀ ਭੈਣਾਂ ਨੇ ਇਹ ਵਾਲੇ ਸੂਟ ਰੈਡੀ ਕਰਾਏ ਨੇ, ਪਰ ਜਿੰਨੇ ਵੀ ਹੁਣ ਤੱਕ ਹੋਏ ਸੀ ਸਾਰੇ ਮਸਲੀਨ ਕਾਟਨ ਤੇ ਹੋਏ ਸੀ, ਤਾਂ ਕਾਟਨ ਦੇ ਵਿੱਚ ਉਹ ਕਲਰ ਥੋੜਾ ਜਿਹਾ ਆਪਣਾ ਲਾਈਟ ਆਉਂਦਾ ਸੀ, ਇਹਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਪੈਂਦਾ ਵਾ ਰੀਲ ਵਾਲੇ ਸੂਟ ਦੇ ਨਾਲੋਂ, ਕਿਉਂਕਿ ਇਹ ਸਿੰਥੈਟਿਕ ਬੇਸ ਆ, ਇਹ ਸਿੰਥੈਟਿਕ ਬੇਸ ਆ, ਬਟ ਸੌਫਟਨੈਸ ਬਿਲਕੁਲ ਮਸਲੀਨ ਵਰਗੀ ਆ। ਆ ਲਓ, ਸੇਮ ਬਾਹਾਂ ਦੇ ਉੱਪਰ ਕੰਮ ਹੋਇਆ, ਚੈੱਕ ਕਰ ਸਕਦੇ ਹੋ ਬਾਹਾਂ ਦਾ ਕੰਮ ਪੂਰਾ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ, ਅੱਗੇ ਆਪਾਂ ਲੈਸ ਦਿੱਤੀ ਆ, ਬਹੁਤ ਸੋਹਣਾ ਕੰਮ ਹੋਇਆ ਬਾਹਾਂ ਦੇ ਉੱਪਰ। ਆ ਲਓ ਜੀ, ਇਹ ਬਾਹਾਂ ਦੇ ਉੱਪਰ ਕੰਮ ਆ, ਬਹੁਤ ਹੀ ਪਿਆਰਾ, ਬਹੁਤ ਹੀ ਸੋਹਣਾ, ਨਾਲ ਸੇਮ ਲੈਸਿਸ ਦਾ ਡਿਜ਼ਾਈਨ ਕੀਤਾ ਸਾਰੇ ਸੂਟ ਦੇ ਉੱਪਰ। ਇਹਦਾ ਵਰਕ ਮੇਨ ਬਾਹਾਂ ਦੇ ਉੱਪਰ ਆ, ਤੇ ਨਾਲ ਇਹਨਾਂ ਨੇ ਟਰਾਊਜ਼ਰ ਰੈਡੀ ਕਰਵਾਇਆ। ਤੁਸੀਂ ਸਲਵਾਰ ਰੈਡੀ ਕਰਵਾਉਣਾ ਚਾਹੁੰਦੇ ਹੋ ਸਲਵਾਰ ਕਰਵਾ ਸਕਦੇ ਹੋ, ਜਿੱਦਾਂ ਵੀ ਤੁਹਾਡਾ ਮਨ ਕਰੇ, ਤੇ ਇਸ ਤਰ੍ਹਾਂ ਨੀਚੇ ਇਹਦੇ ਵਰਕ ਆਊਗਾ। ਸੇਮ ਜਾਣੀ ਕਿ ਜਿਵੇਂ ਰੀਲ ਸਾਈਡ ਤੇ ਚੱਲ ਰਹੀ ਹੋਣੀ ਆ, ਉਸੇ ਤਰ੍ਹਾਂ ਦਾ ਡਿਜ਼ਾਈਨ ਇਹ ਸੇਮ ਬਣਿਆ ਵਾ, ਤੇ ਇਹਦੇ ਉੱਪਰ ਵੀ ਇਸ ਤਰ੍ਹਾਂ ਸੇਮ ਕੰਮ ਹੋਇਆ ਪੂਰਾ ਵਧੀਆ ਫਿਨਿਸ਼ਿੰਗ ਦੇ ਨਾਲ, ਤੇ ਨਾਲ ਇਹਨਾਂ ਨੇ ਰਖਵਾਇਆ ਹੋਇਆ ਚਨੂਨ ਦਾ ਦੁਪੱਟਾ। ਇਹ ਡਿਜ਼ਾਈਨ ਕਾਫੀ ਸੁਪਰ ਹਿੱਟ ਰਿਹਾ, ਬਹੁਤ ਭੈਣਾਂ ਤੱਕ ਪਹੁੰਚ ਚੁੱਕੇ ਨੇ, ਸੇਮ ਸੂਟ ਹੀ ਸਾਰੇ ਯਾਨੀ ਕਿ ਰੈਡੀ ਹੋਇਆ, ਕਲਰ ਹਜੇ ਤੱਕ ਕੋਈ ਵੀ ਚੇਂਜ ਨਹੀਂ ਹੋਇਆ, ਸਾਰੇ ਕਲਰ ਸੇਮ ਤੇ ਹੀ ਰੈਡੀ ਹੋਏ ਨੇ। ਨਾਲ ਚਨੂਨ ਦਾ ਟਾਈ ਡਾਈ ਦੁਪੱਟਾ ਰੱਖਿਆ ਹੋਇਆ, ਬਾਹਾਂ ਤੇ ਫੁੱਲ ਹੈ ਵੀ, ਨਾਲ ਸਾਰੀ ਸਟਿਚਿੰਗ ਹੋ ਕੇ ਸਾਰੀ ਲੈਸ ਵਗੈਰਾ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਸੂਟ ਤੇ। ਹੁਣ ਮੈਂ ਇਸ ਤੋਂ ਪਹਿਲਾਂ ਪੀਸ ਦਿਖਾ ਕੇ ਹਟੀ ਹਾਂ, ਉਹ ਸਾਰਾ ਥਰੈਡ ਵਰਕ ਦਾ ਕੰਮ ਆ, ਸੋ ਥਰੈਡ ਵਰਕ ਦਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ। ਪਸ਼ਮੀਨਾ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ, ਚਾਹੇ ਪਸ਼ਮੀਨੇ ਤੇ ਕਰਵਾ ਲਓ, ਕੋਈ ਵੀ ਡਿਜ਼ਾਈਨ ਅਦਰ ਕੋਈ ਵੀ ਤੁਹਾਨੂੰ ਪਸੰਦ ਆ, ਕਿਸੇ ਵੀ ਕਲਰ ਦੇ ਉੱਪਰ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਆ ਲਓ, ਇਹ ਹੈਗੇ ਰਾਮਟੈਕਸ ਦੇ ਸੂਟ।
ਆਲ ਓਵਰ ਆ ਇਹ ਜਿਹੜੇ ਚਾਰ ਸੂਟ ਪਹਿਲਾਂ ਮੈਂ ਦਿਖਾਉਂਗੀ, ਆਲ ਓਵਰ ਦਿਖਾਉਂਗੀ, ਬਲੂ ਕਲਰ ਦਾ ਸੂਟ ਆ, ਚੈੱਕ ਕਰ ਸਕਦੇ ਹੋ ਇਹਦੇ ਵਿੱਚ ਨਿੱਕੀ ਨਿੱਕੀ ਚੈੱਕ ਬਣੀ ਹੋਈ ਆ, ਨਿੱਕੀ ਨਿੱਕੀ ਜਿਹੀ ਚੈੱਕ ਆ, ਇਸ ਤਰ੍ਹਾਂ ਤੁਹਾਨੂੰ ਫੀਲ ਹੋਊਗੀ। ਆਲ ਓਵਰ ਪਿਓਰ ਪਸ਼ਮੀਨਾ ਰਾਮਟੈਕਸ ਦਾ, ਸਾਰੇ ਕਿਤੇ ਸਟੈਂਪਿੰਗ ਮਿਲੂਗੀ ਫੋਰ ਸਾਈਡ ਸੂਟ ਦੇ, ਰਾਮਟੈਕਸ ਦਾ ਪਿਓਰ ਪਸ਼ਮੀਨਾ ਵਾ, 1250 ਰੁਪਇਆ ਪ੍ਰਾਈਜ਼ ਆ, ਪੂਰਾ ਵਧੀਆ ਪਸ਼ਮੀਨਾ ਵਾ ਇਹ। ਤੇ ਪਲੀਜ਼ ਇਹ ਨਾ ਕਿਹੋ ਕਿ ਆਹ ਪ੍ਰਿੰਟ ਉੱਥੇ ਇੰਨੇ ਦਾ ਮਿਲਦਾ ਸੀ, ਇੰਨੇ ਦਾ ਮਿਲਦਾ ਸੀ, ਹਰ ਪ੍ਰਿੰਟ ਹਰ ਤਰ੍ਹਾਂ ਦਾ ਫੈਬਰਿਕ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦਾ ਜੀ। ਤੇ ਰਾਮਟੈਕਸ ਕਦੇ ਵੀ ਆਪਣੀਆਂ, ਤੁਹਾਨੂੰ ਵੀ ਪਤਾ ਜਿਹੜੀਆਂ ਭੈਣਾਂ ਰਾਮਟੈਕਸ ਪਾਉਂਦੀਆਂ ਨੇ ਉਹਨਾਂ ਨੂੰ ਇਹਨਾਂ ਦੀਆਂ ਰੇਂਜ ਵੀ ਪਤਾ ਨੇ ਕਿ ਇਹਨਾਂ ਦੀਆਂ ਜਿਹੜੀਆਂ ਪਿਓਰ ਵਿਸਕੋਸ ਦੇ ਉੱਪਰ ਕੁਆਲਿਟੀਆਂ ਆਉਂਦੀਆਂ ਨੇ ਉਹ ਕੀ ਰੇਂਜ ਦੇ ਉੱਪਰ ਆਉਂਦੀਆਂ ਨੇ। ਆ ਲਓ ਜੀ, ਬਲੂ ਕਲਰ ਦਾ ਸੂਟ ਆ, ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਲੈ ਲਿਓ, ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ, ਚਾਰੇ ਦੀ ਚਾਰੇ ਕਲਰ ਬਹੁਤ ਸੋਹਣੇ ਆ। ਇੱਕ ਹੈਗਾ ਜੀ ਬਲੈਕ ਕਲਰ, ਮੂੰਗੀਆ ਬਲੈਕ ਜਿਹਾ ਕਲਰ ਆ ਇਹ, ਜਿਹੜਾ ਕਲਰ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਆਪਣੇ ਇਹ ਸੂਟ ਤੁਸੀਂ ਮੰਗਵਾ ਸਕਦੇ ਹੋ। ਅਗਲਾ ਹੈਗਾ ਜੀ ਪਰਪਲ ਸ਼ੇਡ, ਸੇਮ ਡਿਜ਼ਾਈਨਿੰਗ ਆ, ਆਲ ਓਵਰ 5 ਮੀਟਰ ਇਹ ਕੱਟ ਮਿਲੂਗੀ, ਜਿਹੜੀ ਮਿਲੂਗੀ ਤੁਹਾਨੂੰ 5 ਮੀਟਰ ਦਾ ਸੂਟ ਆ ਆਲ ਓਵਰ। ਬਲੈਕ, ਬਲੂ ਤੇ ਮੂੰਗੀ ਅਤੇ ਪਰਪਲ ਚਾਰ ਸ਼ੇਡ ਨੇ ਇਹਦੇ ਵਿੱਚ, ਚਾਰੇ ਦੇ ਚਾਰ ਹੀ ਬਹੁਤ ਸੋਹਣੇ। ਸਕਿਨ ਪ੍ਰਿੰਟਿੰਗ ਆ, ਸਕਿਨ ਨਾਲ ਹੀ ਸਕਿਨ ਪਾਈਪਿੰਗਸ ਵਗੈਰਾ ਲੱਗ ਕੇ ਹੀ ਸਾਰੇ ਸੂਟ ਨੇ ਰੈਡੀ ਹੋਣਾ, ਬਹੁਤ ਵਧੀਆ ਫੈਬਰਿਕ ਆ ਤੇ ਰਾਮਟੈਕਸ ਦਾ ਸਾਰਾ। ਜਿੰਨਾ ਵੀ ਅੱਜ ਦੀ ਵੀਡੀਓ 'ਚ ਦਿਖਾਉਂਗੀ, ਜਿੰਨਾ ਵੀ ਚੈੱਕ ਦੇ ਵਿੱਚ ਪ੍ਰਿੰਟਿੰਗ ਦੇ ਵਿੱਚ ਸਾਰਾ ਰਾਮਟੈਕਸ ਬ੍ਰਾਂਡ ਦਾ ਹੀ ਰਹੂਗਾ। ਆ ਲਓ ਜੀ, ਇੱਕ ਪੀਸ ਇਹ ਵਾਲਾ ਹੈਗਾ ਜੀ, ਇਹਦੇ ਉੱਪਰ ਵਰਕ ਹੋਇਆ ਹੋਇਆ, ਇਹ ਵਾਲੇ ਸੂਟ ਤੇ ਵਰਕ ਹੋਇਆ, ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਦੱਸ ਸਕਦੇ ਹੋ। ਹਲੋ ਜੀ, ਇਹਦੀ ਵਰਕ ਦੀ ਪ੍ਰਾਈਜ਼ ਐਕਸਟਰਾ ਹੋਊਗੀ, ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਲੈ ਸਕਦੇ ਹੋ। ਇੱਕ ਫਲਾਵਰ ਆਪਣੇ ਇੱਧਰ ਮੋਢੇ ਕੰਨੀ ਜਾਊਗਾ, ਇੱਕ ਸਾਈਡ ਤੇ ਆਜੂਗਾ, ਫਿਰ ਇੱਕ ਨੀਚੇ ਇੱਧਰ ਆਪਣੇ ਚਾਕ ਦੇ ਕੋਲ ਆਜੂਗਾ ਤੇ ਇੱਕ ਨੀਚੇ ਘੇਰੇ ਕੋਲ ਚਲੇ ਜਾਊ। ਚਾਰ ਫਲਾਵਰ ਨੇ ਬਣੇ ਹੋਏ ਤੇ ਬਾਹਾਂ ਦੇ ਉੱਪਰ ਵੀ ਬਣੇ ਹੋਏ ਨੇ ਦੋਨੇ ਫਲਾਵਰ, ਇੱਕ ਇੱਕ ਫਲਾਵਰ ਦਾ ਡਿਜ਼ਾਈਨ ਦਿੱਤਾ ਹੋਇਆ ਬਹੁਤ ਸੋਹਣਾ। ਚੈੱਕ ਦੇ ਉੱਪਰ ਇਹ ਡਿਜ਼ਾਈਨ ਆ, ਜਿਹੜੀ ਭੈਣ ਨੂੰ ਵੀ ਚਾਹੀਦਾ ਵਾ ਆਪਣਾ ਲੈ ਸਕਦੇ ਹੋ, ਕਲਰ ਵੀ ਬਹੁਤ ਸੋਹਣਾ ਵਾ, ਮੂੰਗੀ ਆ ਜਾਂ ਸ਼ੇਡ ਨਾਲ ਪਲੇਨ ਬੋਟਮ, ਇਹ ਸਾਰੇ ਸੂਟ ਆਉਣਗੇ ਹੁਣ ਮੈਚਿੰਗ। ਜਿਹੜੀ ਮੈਂ ਤੁਹਾਨੂੰ ਇਹ ਵਾਲੀ ਹੁਣ ਚੈੱਕ ਦੇ ਵਿੱਚ ਦਿਖਾ ਰਹੀ ਹਾਂ ਇਹ ਮੈਚਿੰਗ ਆ, ਆਪਣੀ ਫਟਾਫਟ ਸਕਰੀਨਸ਼ਾਟ ਲੈ ਲਿਓ, ਜਿਹੜਾ ਵੀ ਤੁਹਾਨੂੰ ਪਸੰਦ ਆਊਗਾ। ਮੈਚਿੰਗ ਆ, ਮੈਂ ਖੋਲ੍ਹ ਰਹੀ ਹਾਂ ਇਹ ਸਾਰੀਆਂ। ਹਲੋ, ਇਹਦੀ ਫਰੋਜ਼ੀ ਦੇ ਨਾਲ ਇਹ ਸ਼ਰਟ ਆ, ਫਰੋਜ਼ੀ ਦੇ ਨਾਲ ਇਹਦੀ ਹੈਗਾ ਵਾ ਕੰਟਰਾਸਟ। ਹਲੋ ਜੀ, ਨੈਕਸਟ ਹੈਗਾ ਇਸ ਤਰ੍ਹਾਂ ਕੌਫੀ ਜਿਹਾ ਸ਼ੇਡ, ਇਹ ਵੀ ਸਾਰਾ ਚੈੱਕ ਦੇ ਉੱਪਰ ਆ, ਨਾਲ ਇਸ ਤਰ੍ਹਾਂ ਆਊਗੀ ਇਹਦੀ ਬੋਟਮ। ਇਹ ਜਿਹੜਾ ਨੀਚੇ ਆਪਾਂ ਵਰਕ ਵਾਲਾ ਦਿਖਾਇਆ, ਜੇ ਕਿਸੇ ਭੈਣ ਨੇ ਉਹ ਵਰਕ ਤੋਂ ਬਿਨਾਂ ਲੈਣਾ ਤਾਂ ਉਹ ਸੇਮ ਬਿਨਾਂ ਵਰਕ ਤੋਂ ਵੀ ਮਿਲ ਜੂਗਾ, ਨਾਲ ਸੇਮ ਆਊਗੀ ਬੋਟਮ। ਜਿਹੜਾ ਵੀ ਸੂਟ ਪਸੰਦ ਆ ਰਿਹਾ ਬਸ ਫਟਾਫਟ ਸਕਰੀਨਸ਼ਾਟ ਲੈ ਲਓ। ਇਹ ਭੈਣਾਂ ਦੀ ਡਿਮਾਂਡ ਸੀ, ਵੀਡੀਓ ਮੈਂ ਲੈ ਕੇ ਆ ਰਹੀ ਹਾਂ, 2-4 ਦਿਨ ਹੋ ਗਏ ਬਸ, ਅੱਜ ਪਾਉਂਦੇ ਹਾਂ ਕੱਲ੍ਹ ਨੂੰ ਪਾਉਂਦੇ ਹਾਂ, ਦੁਬਾਰਾ ਹੁਣ ਰਿਪੀਟ 'ਤੇ। ਹਲੋ ਜੀ,
ਇਹਦਾ ਹੈਗਾ ਜੀ, ਇਹ ਵੀ ਕਾਫੀ ਡਾਰਕ ਕਾਫੀ, ਮਹਿਰੂਨ ਜਾਂ ਕਾਫੀ ਜਿਹੜਾ ਹੁੰਦਾ ਉਦਾਂ ਦਾ ਸ਼ੇਡ ਹੈ ਇਹਦਾ। ਹਲੋ ਜੀ, ਪ੍ਰਾਈਜ਼ ਇਹਨਾਂ ਸਾਰੇ ਸੂਟਾਂ ਦਾ ਰਹਿਣਾ 1250, 1250 ਰੁਪਇਆ ਪ੍ਰਾਈਜ਼ ਆ। ਪਲੀਜ਼ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ, ਜਿਹੜੀਆਂ ਭੈਣਾਂ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਨੇ। ਹਲੋ, ਲਓ ਜੀ ਇਹ ਵੀ ਸਾਰੀ ਚੈੱਕ ਦੇ ਉੱਪਰ ਸ਼ਰਟ ਆ, ਇਹਦੀ ਕਲਰ ਬਹੁਤ ਸੋਹਣਾ, ਇਹਦਾ ਪਰਪਲ ਨਾਲ ਕੰਟਰਾਸਟ ਆ। ਇਹਦਾ ਸਕਿਨ ਦੇ ਨਾਲ ਕੰਟਰਾਸਟ ਬਹੁਤ ਸੋਹਣਾ ਵਾ, ਬਹੁਤ ਹੀ ਵਧੀਆ, ਬਹੁਤ ਹੀ ਪਿਆਰਾ। ਆਲੋ ਜੀ ਨੈਕਸਟ ਡਿਜ਼ਾਈਨ ਦੇਖ ਲਓ, ਇਹ ਪਿਸਤਾ ਜਿਹਾ ਗ੍ਰੀਨ ਕਲਰ ਆ, ਆਲੋ ਲਾਈਟ ਜਿਹਾ ਗ੍ਰੀਨ, ਗ੍ਰੀਨੀ ਜਿਹਾ ਕਲਰ ਆ। ਸਾਰੇ ਬਹੁਤ ਸੋਹਣੇ ਆ ਡਿਜ਼ਾਈਨ, ਸੁਪਰ ਹਿੱਟ ਨੇ, ਜਿਹੜਾ ਮਰਜ਼ੀ ਡਿਜ਼ਾਈਨ ਚੱਕ ਲਓ। ਆਲੋ ਜੀ ਇਹ ਮਹਿੰਦੀਆ ਦੇ ਨਾਲ ਕੰਟਰਾਸਟ ਆ, ਮਹਿੰਦੀਆ ਬਾਟਮ ਆਊਗੀ ਇਹਦੀ। ਆਲੋ ਜੀ ਅਗਲਾ ਹੈਗਾ ਗ੍ਰੇ, ਬਲੈਕ ਗ੍ਰੇ ਦੇ ਨਾਲ ਕੰਟਰਾਸਟ, ਗ੍ਰੇ ਕਲਰ ਆ ਇਹ, ਬਲੈਕ ਨਹੀਂ ਹੈਗਾ, ਗ੍ਰੇ ਬਲੈਕ ਦੇ ਨਾਲ ਕੰਟਰਾਸਟ। ਹੁਣ ਮੈਂ ਦਿਖਾ ਦਿੰਦੀ ਹਾਂ, ਇਹਦੇ 4-5 ਪ੍ਰਿੰਟ ਹੀ ਰਹਿ ਗਏ ਆਪਣੇ ਕੋਲ, ਜਿਨ੍ਹਾਂ ਭੈਣਾਂ ਨੂੰ ਪ੍ਰਿੰਟ ਚਾਹੀਦੇ ਆ ਪ੍ਰਿੰਟ ਵੀ ਲੈ ਸਕਦੇ ਹੋ। ਆਲੋ ਇਹ ਵੀ ਰਾਮਟੈਕਸ ਦੇ ਨੇ, ਪ੍ਰਾਈਸ ਸੇਮ ਰਹੂਗਾ 1250, ਜਿਹੜਾ ਮਰਜ਼ੀ ਲੈ ਲਓ। ਇਹ ਪਿਆਜੀ ਜਿਹਾ ਸ਼ੇਡ ਆ, ਨਾਲ ਇਹਦੇ ਸੇਮ ਬੋਟਮ ਆਊਗੀ ਪਿਆਜੀ ਸ਼ੇਡ ਦੀ। ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ 3, ਇੱਕ ਪਿਆਜੀ ਆ, ਇੱਕ ਹੈਗਾ ਇਹਦੇ ਵਿੱਚ ਪਿਸਤਾ ਗ੍ਰੀਨ ਕਲਰ, ਪਿਸਤਾ ਗ੍ਰੀਨ ਕਲਰ ਮਿਲ ਜੂਗਾ, ਇੱਕ ਮਿਲੂਗਾ ਲਾਈਟ ਗ੍ਰੇ ਕਲਰ, ਲਾਈਟ ਜਾਂ ਗ੍ਰੇ ਕਲਰ, ਤਿੰਨੇ ਕਲਰ ਬਹੁਤ ਸੋਹਣੇ, ਜਿਹੜਾ ਮਰਜ਼ੀ ਕਲਰ ਤੁਸੀਂ ਲੈ ਲਓ। ਨੈਕਸਟ ਦੇਖ ਲਓ ਕਿੰਨਾ ਸੋਹਣਾ ਇਹ ਵੀ ਪ੍ਰਿੰਟ, ਇਹ ਹੈਗੀ ਇਹਦੀ ਸ਼ਰਟ, ਲਵੈਂਡਰ ਸ਼ੇਡ ਦੇ ਨਾਲ ਕੰਟਰਾਸਟ ਹੈ ਇਹਦਾ, ਇੱਦਾਂ ਹੈਗਾ ਲਵੈਂਡਰ ਦਾ ਸਾਰਾ ਇਹਦਾ ਕੰਟਰਾਸਟ। ਇਹ ਵੀ ਬਹੁਤ ਸੋਹਣਾ ਪੀਸ ਆ, ਇਹ ਸਿੰਗਲ ਪੀਸ ਹੀ ਹੈ, ਇਹਦੇ ਸਾਰੇ ਕਲਰ ਸੇਲ ਹੋ ਚੁੱਕੇ ਆ ਜੀ। ਇੱਕ ਹੈਗੀ ਇੱਦਾਂ ਸ਼ਰਟ ਆਊਗੀ, ਇਹਦਾ ਰੈੱਡ ਮਹਿਰੂਨ ਦੇ ਨਾਲ ਕੰਟਰਾਸਟ ਆ, ਇਹ ਵੀ ਬਹੁਤ ਸੋਹਣਾ ਪੀਸ ਆ। ਇਹਦੇ ਵਿੱਚ ਦੋ ਕਲਰ ਹੈਗੇ ਆਪਣੇ ਕੋਲ, ਆਲੋ ਜੀ ਇੱਕ ਬਲੂ ਦੇ ਨਾਲ ਕੰਟਰਾਸਟ ਹੈ। ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ, ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ, ਕਲੈਕਸ਼ਨ ਬਹੁਤ ਸੋਹਣੀ ਆ, ਸੁਪਰ ਹਿੱਟ ਲੈ ਕੇ ਆਈ ਹਾਂ। ਇਸ ਲਈ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ, ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਇਹ ਕਲੈਕਸ਼ਨ ਕਿੱਦਾਂ ਦੀ ਲੱਗੀ। ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ, ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ।